ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਟੈਕਸਸ ਵਿੱਚ ਇੱਕ 5 ਸਾਲਾਂ ਕੈਂਸਰ ਪੇਸ਼ੈਂਟ ਕੁੜੀ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਗ੍ਰੀਟ ਕੀਤਾ ਗਿਆ। ਕੈਂਸਰ ਪੇਸ਼ੈਂਟ ਕਲੇਅਰ ਲੈਂਗਫੋਰਡ ਨੂੰ ਪ੍ਰਿੰਸੈਸ ਦੀ ਡਰੈਸ ਪਹਿਨਾਈ ਗਈ ਤੇ ਉਸ ਨੂੰ ਹਾਰਸ ਕੈਰੇਜ ਵਿੱਚ ਬਿਠਾ ਕੇ ਡਿਕਿਨਸਨ ਸਿਟੀ ਵਿੱਚ ਪਰੇਡ ਕੱਢੀ ਗਈ। ਕਲੇਅਰ ਜਦੋਂ ਮਹਿਜ਼ 3.5 ਸਾਲ ਦੀ ਸੀ ਉਦੋਂ ਹੀ ਉਸ ਨੂੰ ਕੈਂਸਰ ਹੋ ਗਿਆ ਸੀ। ਕਲੇਅਰ ਦੇ ਫਾਦਰ ਅਤੇ ਮਦਰ ਨੇ ਦੱਸਿਆ ਕਿ ਉਹ ਆਪਣੀ ਡਾਟਰ ਨੂੰ ਪ੍ਰਿੰਸੈਸ ਬਣਨਾ ਦੇਖਣਾ ਚਾਹੁੰਦੇ ਸਨ। ਟੈਕਸਸ ਦੇ ਡਿਕਿਨਸਨ 'ਚ ਇੱਕ ਕੈਂਸਰ ਪੇਸ਼ੈਂਟ ਨੂੰ ਉਸਦੇ ਨੇਬਰਸ ਵੱਲੋਂ ਸ਼ਾਨਦਾਰ ਤਰੀਕੇ ਨਾਲ ਗ੍ਰੀਟ ਕੀਤਾ ਗਿਆ। ਕੈਂਸਰ ਪੇਸ਼ੈਂਟ ਨੂੰ ਪ੍ਰਿੰਸੈਸ ਬਣਾਇਆ ਗਿਆ ਅਤੇ ਉਸਨੂੰ ਇੱਕ ਹਾਰਸ ਕੈਰੇਜ ਵਿੱਚ ਬਿਠਾ ਕੇ ਉਸਦੀ ਸਿਟੀ ਦਾ ਚੱਕਰ ਲਵਾਇਆ ਗਿਆ। ਕੈਂਸਰ ਪੇਸ਼ੈਂਟ ਮਹਿਜ਼ 5 ਸਾਲਾਂ ਦੀ ਕੁੜੀ ਹੈ ਅਤੇ ਉਸਦਾ ਨਾਂ ਕਲੀਅਰ ਲੈਂਗਫੋਰਡ ਹੈ, ਜਿਸ ਨੂੰ ਰੇਅਰ ਕਿਸਮ ਦਾ ਕੈਂਸਰ ਹੈ। ਪ੍ਰਿੰਸੈਸ ਕਲੇਅਰ, ਵਾਟ ਡੂ ਯੂ ਥਿੰਕ? ਪ੍ਰਿੰਸੈਸ ਕਲੇਅਰ, ਆਈ ਲਾਈਕ ਇਟ। ਯੂ ਲਾਈਕ ਇਟ? ਆਈ ਸਪੀਕ ਇਨ ਇਟ। ਆਰ ਯੂ ਹੈਵਿੰਗ ਫਨ? ਯੈਸ। ਕਲੀਅਰ ਦੇ ਫਾਦਰ ਅਤੇ ਮਦਰ ਨੇ ਦੱਸਿਆ ਕਿ ਉਹ ਆਪਣੀ ਡਾਟਰ ਨੂੰ ਸੱਚਮੁੱਚ ਪ੍ਰਿੰਸੈਸ ਬਣਨਾ ਦੇਖਣਾ ਚਾਹੁੰਦੇ ਸਨ ਅਤੇ ਡਿਕਿਨਸਨ ਵਾਸੀਆਂ ਨੇ ਉਹਨਾਂ ਦੀ ਇਸ ਖਾਹਿਸ਼ ਨੂੰ ਪੂਰਾ ਕਰ ਦਿੱਤਾ। ਚੀਅਰ ਲੀਡਰਸ ਹਾਰਸ ਕੈਰੇਜ ਦੇ ਪਿੱਛੇ ਚੱਲ ਰਹੀਆਂ ਸਨ ਅਤੇ ਪੂਰੀ ਪਰੇਡ ਦੌਰਾਨ ਮਿਊਜ਼ਿਕ ਵੀ ਵਜਾਇਆ ਗਿਆ। We just want her to know how much she's loved. And I think that's what anyone would want to know in their lifetime, no matter how long or short it may be. This was incredible. ਲੋਕਲ ਮੀਡੀਆ ਮੁਤਾਬਕ ਜਦੋਂ ਕਲੀਅਰ ਮਹਿਜ਼ 3.5 ਸਾਲ ਦੀ ਸੀ ਤਾਂ ਉਦੋਂ ਹੀ ਉਸ ਨੂੰ ਕੈਂਸਰ ਹੋ ਗਿਆ ਸੀ। ਅਸਲ 'ਚ ਕਲੀਅਰ ਚਾਹੁੰਦੀ ਸੀ ਕਿ ਉਸ ਨੂੰ ਪ੍ਰਿੰਸੈਸ ਬਣਨਾ ਅਤੇ ਉਸਦੇ ਇਸ ਡ੍ਰੀਮ ਨੂੰ ਪੂਰਾ ਕੀਤਾ ਉਸਦੇ ਨੇਬਰਸ ਅਤੇ ਉਸਦੇ ਫੈਮਿਲੀ ਅਤੇ ਫੈਮਿਲੀ ਫਰੈਂਡਸ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ। ਸੈਨ ਐਂਟੋਨੀਓ ਫਾਇਰ ਫਾਈਟਰਸ ਵੱਲੋਂ ਸਵਿਮਿੰਗ ਪੂਲ ਵਿੱਚ ਡਿੱਗੇ ਇੱਕ ਬੁੱਲ ਨੂੰ ਬਾਹਰ ਕੱਢਿਆ ਗਿਆ। ਲੋਕਲ ਰੈਂਚ ਵਿੱਚੋਂ ਭੱਜਣ ਤੋਂ ਬਾਅਦ ਇਹ ਬੁੱਲ ਇੱਕ ਰੈਜ਼ੀਡੈਂਸ਼ੀਅਲ ਸਵਿਮਿੰਗ ਪੂਲ ਵਿੱਚ ਵੜ ਗਿਆ, ਜਿਸ ਨੂੰ ਫਾਇਰ ਫਾਈਟਰਸ ਨੇ ਕਈ ਘੰਟਿਆਂ ਦੀ ਮੁਸ਼ਕਤ ਦੇ ਬਾਅਦ ਬਾਹਰ ਕੱਢਿਆ। ਬੁੱਲ ਦੇ ਸਵਿਮਿੰਗ ਪੂਲ ਵਿੱਚ ਡਿੱਗਣ ਬਾਰੇ ਹੋਮ ਓਨਰ ਵੱਲੋਂ ਕਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਸੈਨ ਐਂਟੋਨੀਓ ਫਾਇਰ ਡਿਪਾਰਟਮੈਂਟ ਅਤੇ ਐਨੀਮਲ ਕੰਟਰੋਲ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ। Fell in the pool down here in the deep end, and then they got it pulled over to the end and just kept its head above the water, and then it got out. Well, I've never pulled a bull out of a pool. I've pulled a couple of donkeys out of a well and a mule out of a well. North America News ਦੇ ਅਖੀਰ ਵਿੱਚ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਹੈਡਲਾਈਨਸ ਤੇ। ਯੂਕਰੇਨ ਵਿੱਚ ਚੱਲ ਰਹੇ ਵਾਇਲੈਂਸ ਦੇ ਖਿਲਾਫ ਹੁਣ ਅਮਰੀਕਾ ਵਿੱਚ ਵੀ ਆਵਾਜ਼ ਉੱਠਣ ਲੱਗੀ। ਇਕਨੋਮਿਕ ਪਾਬੰਦੀਆਂ ਲਾਉਣ ਲਈ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੂੰ ਅਪੀਲ। ਸੈਨ ਫਰਾਂਸਿਸਕੋ ਦੇ ਮਿਲਪੀਟਸ ਵਿੱਚ ਪਾਵਰਬਾਲ ਟਿਕਟ ਆਨਰ ਨੂੰ 425 ਮਿਲੀਅਨ US ਡਾਲਰ ਦਾ ਜੈਕਪਾਟ। ਜੈਕਪਾਟ ਵਿਨਰ ਦਾ ਨਾਂ ਪਬਲਿਕਲੀ ਨਹੀਂ ਕੀਤਾ ਗਿਆ। ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਵਟਸਐਪ ਨੂੰ 19 ਬਿਲੀਅਨ ਡਾਲਰ ਵਿੱਚ ਖਰੀਦੇਗਾ। ਇਸ ਤੋਂ ਪਹਿਲਾਂ ਫੋਟੋ ਸ਼ੇਅਰਿੰਗ ਸਰਵਿਸ ਇੰਸਟਾਗ੍ਰਾਮ ਨੂੰ ਖਰੀਦਿਆ ਸੀ। ਅਤੇ US ਜੱਜ ਨੇ 84 ਸਾਲਾਂ ਦੇ ਇੱਕ ਨਨ ਸਿਸਟਰ ਮੇਗਨ ਰਾਈਸ ਨੂੰ 35 ਮਹੀਨਿਆਂ ਦੀ ਸਜ਼ਾ ਸੁਣਾਈ। ਨਨ ਦੀ ਹਮਾਇਤ ਵਿੱਚ ਕੋਰਟ ਦੇ ਬਾਹਰ ਸੈਂਕੜੇ ਲੋਕਾਂ ਨੇ ਪ੍ਰੋਟੈਸਟ ਕੀਤਾ। ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਅਗਲੇ ਬੁਲੇਟਿਨ 'ਚ ਅਮਰੀਕਾ ਕੈਨੇਡਾ ਦੀਆਂ ਹੋਰ ਲੇਟੈਸਟ ਨਿਊਜ਼ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।